ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਦੇ ਵਿੱਚ ਪਾਵਨ ਅੰਗ 762 ਦੇ ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਕੱਲ੍ਹ ਵਾਲੇ ਸ਼ਬਦ ਵਿੱਚ ਅਸੀਂ ਕੁਚੱਜੀ ਬਾਰੇ ਸਤਿਗੁਰਾਂ ਪਾਸੋਂ ਬਚਨ ਸਰਵਣ ਕੀਤੇ ਹਨ। ਅੱਜ ਪਾਤਸ਼ਾਹ ਸੁਚੱਜੀ ਅਤੇ ਗੁਣਵੰਤੀ ਬਾਰੇ ਸਾਂਝ ਪਾ ਰਹੇ ਹਨ। ਸੂਹੀ ਮਹੱਲਾ ਪਹਿਲਾ, ਸੁਚੱਜੀ। ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੁਚੱਜੀ ਇਸਤਰੀ ਦੇ ਲੱਖਣ ਦੱਸਦੇ ਹਨ ਕਿ ਪਹਿਲਾਂ ਸ੍ਰੇਸ਼ਟ ਆਚਾਰ ਵਾਲੀ ਮੱਧਮ ਜਿਗਿਆਸੂ ਰੂਪ ਇਸਤਰੀ ਕਹਿੰਦੀ ਹੈ, ਜਾ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਹੇ ਪਰਮੇਸ਼ਰ, ਜਦੋਂ ਤੂੰ ਪ੍ਰਾਪਤ ਹੋ ਗਿਆ ਤਾਂ ਮੈਨੂੰ ਬ੍ਰਹਮ ਲੋਕ, ਸਵਰਗ ਲੋਕ ਵਾ ਧਰਮ ਅਰਥ ਆਦਿ ਸਾਰਾ ਕੁਝ ਮਿਲ ਗਿਆ। ਵਾ ਜਦੋਂ ਤੂੰ ਮੇਰਾ ਲੋਕ ਪ੍ਰਲੋਕ ਵਿੱਚ ਰੱਖਿਅਕ ਹੈ ਤਾਂ ਮੇਰਾ ਸਭ ਕੋਈ ਹਿਤਕਾਰੀ ਹੈ। ਤੂੰ ਹੀ ਮੇਰਾ ਸਾਹਿਬ ਮਾਲਕ ਹੈ ਅਤੇ ਤੂੰ ਹੀ ਮੇਰੀ ਰਾਸ ਪੂੰਜੀ ਹੈ। ਤੁਦੇ ਅੰਤਰ ਹਉ ਸੁਖ ਵਸਾ, ਤੂੰ ਅੰਤਰ ਸਾਬਾਸ ਜੀਓ। ਹੇ ਪਰਮੇਸ਼ਰ, ਜਦੋਂ ਮੈਂ ਤੈਨੂੰ ਹਿਰਦੇ ਦੇ ਅੰਦਰ ਵਿੱਚ ਵਸਾ ਲੈਂਦੀ ਹਾਂ ਤਾਂ ਮੈਂ ਤੇਰੇ ਸੁੱਖ ਸਰੂਪ ਨੂੰ ਪਾ ਕੇ ਸੁੱਖ ਨਾਲ ਵੱਸਦੀ ਹਾਂ ਅਤੇ ਫਿਰ ਤੂੰ ਹਿਰਦੇ ਦੇ ਅੰਦਰ ਪ੍ਰਗਟ ਹੋ ਕੇ ਸਾਬਾਸ ਧੰਤਾ ਦੇ ਯੋਗ ਬਣਾ ਦਿੰਦੀ ਹੈ ਜੀ। ਭਾਵ ਹੇ ਪਾਤਸ਼ਾਹ, ਤੂੰ ਧੰਤਾ ਦੇ ਯੋਗ ਪਰਮੇਸ਼ਰ ਬਣਾ ਦਿੰਦਾ ਹੈ। ਭਾਣੇ ਤਖਤ ਵਡਾਈਆ, ਭਾਣੇ ਭੀਖ ਉਦਾਸ ਜੀਓ। ਹੇ ਪਰਮੇਸ਼ਰ, ਤੂੰ ਆਪਣੇ ਭਾਣੇ ਹੁਕਮ ਅਨੁਸਾਰ ਹੀ ਪ੍ਰਤੱਖ ਰਾਜ ਤਖਤ ਸਿੰਘਾਸਣ 'ਤੇ ਬਿਠਾ ਕੇ ਵਡਿਆਈਆਂ ਦਿੰਦਾ ਹੈ ਅਤੇ ਆਪਣੇ ਭਾਣੇ ਹੁਕਮ ਅਨੁਸਾਰ ਹੀ ਸੰਸਾਰ ਵੱਲੋਂ ਉਪਰਾਮ ਕਰਕੇ ਭਿਖਿਆ ਮੰਗਣ ਵਾਲਾ ਫਕੀਰ ਬਣਾ ਦਿੰਦਾ ਹੈ। ਵਾ ਭਾਣੇ ਅਨੁਸਾਰ ਹੀ ਸਰੂਪ ਰੂਪੀ ਤਖਤ ਦੀਆਂ ਵਡਿਆਈਆਂ ਦਿੰਦਾ ਅਤੇ ਹੁਕਮ ਅਨੁਸਾਰ ਹੀ ਆਪਣੇ ਵੱਲੋਂ ਉਦਾਸ ਕਰਕੇ ਜੂਨਾ ਰੂਪ ਭਿਖਿਆ ਵਿੱਚ ਪਵਾਉਂਦਾ ਹੈ ਜੀ। ਭਾਣੇ ਥਲ ਸਿਰ ਸਰਵ ਹੈ, ਕਮਲ ਫੁੱਲੈ ਆਕਾਸ ਜੀਓ। ਹੇ ਪਰਮੇਸ਼ਰ, ਤੇਰੇ ਭਾਣੇ ਹੁਕਮ ਵਿੱਚ ਹੀ ਥਲ ਖੁਸ਼ਕ ਧਰਤੀ ਅਤੇ ਸਿਰ ਉੱਤੇ ਸਰ ਤਲਾਬ ਨਦੀਆਂ ਵਗਣ ਲੱਗ ਜਾਂਦੀਆਂ ਹਨ ਅਤੇ ਆਕਾਸ਼ ਵਿੱਚ ਕਮਲ ਫੁੱਲੈ ਕੌਲ ਫੁੱਲ ਖਿੜ ਜਾਂਦੇ ਹਨ ਜੀ। ਤੇਰੇ ਭਾਣੇ ਅੰਦਰ ਹੀ ਹੋ ਰਿਹਾ ਸਾਰਾ ਕੁਛ। ਭਾਣੇ ਭਵਜਲ ਲੰਗੀ ਹੈ, ਭਾਣੇ ਮੰਝ ਭਰੀ ਆਸ ਜੀਓ। ਹੇ ਪਰਮੇਸ਼ਰ, ਤੇਰੇ ਭਾਣੇ ਕਹੀਏ ਹੁਕਮ ਅਨੁਸਾਰ ਹੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ, ਭਾਵ ਮੁਕਤ ਰੂਪ ਕਿਨਾਰੇ 'ਤੇ ਪਹੁੰਚ ਜਾਈਦਾ ਹੈ ਅਤੇ ਤੇਰੇ ਭਾਣੇ ਹੁਕਮ ਅਨੁਸਾਰ ਹੀ ਪਾਪਾਂ ਨਾਲ ਭਰੀ ਆਸ ਭਰ ਕੇ ਸੰਸਾਰ ਸਮੁੰਦਰ ਦੇ ਮੰਝ ਵਿੱਚ ਡੁੱਬ ਜਾਈਦਾ ਹੈ ਜੀ। ਭਾਣੇ ਸੋ ਸਹੁ ਰੰਗੁਲਾ, ਸਿਫਤ ਰੱਤਾ ਗੁਣਤਾਸ ਜੀਓ। ਇਹ ਗੁਣਤਾਸ, ਗੁਣਾਂ ਦੇ ਤਾਸ ਖਜ਼ਾਨੇ ਪਰਮੇਸ਼ਰ, ਜੋ ਗੁਰਾਂ ਦੁਆਰਾ ਨਾਮ ਜਪ ਕੇ ਤੇਰੀ ਸਿਫਤ ਉਸਤਤ ਵਿੱਚ ਰਤਿਆ ਹੈ। ਹੇ ਰੰਗੁਲਾ, ਆਨੰਦ ਦੇਣ ਵਾਲੇ ਸਹੁਪਤੀ ਪਰਮੇਸ਼ਰ ਜੀ, ਉਹ ਵੀ ਤੇਰੇ ਭਾਣੇ ਹੁਕਮ ਅਨੁਸਾਰ ਹੀ ਹੈ। ਵਾ ਉਹ ਪਤੀ ਪਰਮੇਸ਼ਰ, ਤੇਰੇ ਹੁਕਮ ਅਨੁਸਾਰ ਹੀ ਤੇਰੀ ਪ੍ਰਾਪਤੀ ਦੇ ਆਨੰਦ ਵਾਲਾ ਹੋਇਆ ਹੈ। ਭਾਣੇ ਸਹੁ ਪੀਹਾਵਲਾ,
ਹਉ ਆਵਣ ਜਾਣ ਮੁਈ ਆਸ ਜੀਓ। ਹੇ ਸਹੁ ਪਤੀ ਪਰਮੇਸ਼ਰ ਜੀ, ਤੇਰੇ ਭਾਣੇ ਹੁਕਮ ਵਿੱਚ ਹੀ ਸੰਸਾਰ ਪੀਹਾਵਲਾ ਭੈਦਾਇਕ ਪ੍ਰਤੀਤ ਹੁੰਦਾ ਹੈ, ਭਾਵ ਜੰਮਣ ਮਰਨ ਵਾਲਾ ਪ੍ਰਤੀਤ ਹੁੰਦਾ ਹੈ, ਅਤੇ ਤੇਰੇ ਹੁਕਮ ਅਨੁਸਾਰ ਹੀ ਹੰਗਤਾ ਕਰਕੇ ਸ੍ਰਿਸ਼ਟੀ ਆਉਣ ਜਾਣ ਜੰਮਣ ਮਰਨ ਵਿੱਚ ਮੁਈ ਆਸ ਮਰ ਰਹੀ ਹੈ। ਤੂੰ ਸਹੁ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਈ ਆਸ ਜੀਓ। ਹੇ ਸਹੁ ਪਤੀ ਪਰਮੇਸ਼ਰ, ਤੂੰ ਅਗਮ ਮਨ ਦੇ ਵਿਸ਼ੇ ਸ਼ਾਸਤਰਾਂ ਪ੍ਰਮਾਣ ਰੂਪੀ ਵੱਟੇ ਪਾ ਕੇ ਬੁੱਧ ਰੂਪ ਤਰਾਜੂ ਦੇ ਨਾਲ ਅਤੋਲਵਾ ਤੋਲਣ ਤੋਂ ਰਹਿਤ ਹੈ, ਇਸ ਕਰਕੇ ਮੈਂ ਤੇਰੇ ਗੁਣਾਂ ਨੂੰ ਬੇਅੰਤ ਬੇਅੰਤ ਕਹਿ ਕਹਿ ਆਖ ਆਖ ਕੇ ਤੇਰੀ ਸ਼ਰਨ ਵਿੱਚ ਡਿੱਗ ਪਈ ਆਸ ਪਈ ਹਾਂ ਜੀ। ਕਿਆ ਮੰਗੂ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ। ਹੇ ਪਰਮੇਸ਼ਰ, ਹੋਰ ਕੀ ਚੀਜ਼ ਮੰਗਾਂ, ਕੀ ਪਦਾਰਥਾਂ ਦੀ ਬਾਬਤ ਬਚਨ ਆਖਾਂ, ਅਤੇ ਕੀ ਕਿਸੇ ਦਾ ਮਹਾਤਮ ਸਰਵਣ ਕਰਾਂ, ਵਾ ਕੀ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਕਰਕੇ ਦੁਨੀਆ ਦੇ ਸੁੱਖ ਮੰਗਾਂ, ਕੀ ਕਿਸੇ ਦੇ ਸਤੋਤਰ ਕਹਾਂ, ਕੀ ਕਿਸੇ ਦੇਵੀ ਦੇਵਤੇ ਦੇ ਜਸ ਨੂੰ ਸੁਣਨਾ ਕਰਾਂ। ਮੈਨੂੰ ਤਾਂ ਕੇਵਲ ਤੇਰੇ ਦਰਸ਼ਨ ਦੀਦਾਰ ਦੀ ਭੁੱਖ ਭੁੱਖ ਅਤੇ ਪਿਆਸ ਤ੍ਰੇਹੇ ਹੈ, ਵਾ ਤੇਰੇ ਦਰਸ਼ਨਾਂ ਦੀ ਅਤਿਅੰਤ ਇੱਛਾ ਹੈ ਜੀ। ਗੁਰ ਸਬਦੀ ਸਹੁਰ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ। ਹੇ ਸਹੁ ਪਤੀ ਪਰਮੇਸ਼ਰ, ਗੁਰਮੁਖ ਜਨਾਂ ਨੇ ਗੁਰਾਂ ਦੇ ਸਬਦੀ ਉਪਦੇਸ਼ ਦੁਆਰਾ ਨਾਮ ਜਪ ਕੇ ਤੇਰੇ ਸੱਚ ਸਰੂਪ ਨੂੰ ਪਾਉਣਾ ਕੀਤਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਇਉਂ ਮੇਰੀ ਜਨ ਦੀ ਵੀ ਇਹੋ ਸੱਚੀ ਅਰਦਾਸ ਬੇਨਤੀ ਹੈ ਕਿ ਮੈਨੂੰ ਵੀ ਆਪਣੇ ਸਰੂਪ ਨਾਲ ਮਿਲਣਾ ਕਰ। ਸੂਹੀ ਮਹੱਲਾ ਪੰਜਵਾਂ ਗੁਣਵੰਤੀ। ਸੂਹੀ ਰਾਗਣੀ ਵਿੱਚ ਮਹੱਲਾ ਪੰਜਵਾਂ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਣਵੰਤੀ ਗੁਣਾਂ ਵਾਲੀਆਂ ਉੱਤਮ ਸਖੀਆਂ ਦੀ ਅਵਸਥਾ ਦੱਸਦੇ ਹੋਏ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਰੂਪ ਕਰਕੇ ਕਥਨ ਕਰਦੇ ਹਨ, ਅਤੇ ਬਾਕੀ ਦੂਜੇ ਤੀਸਰੇ ਚੌਥੇ ਸਤਿਗੁਰਾਂ ਦੀ ਤਰ੍ਹਾਂ ਆਪਣੇ ਆਪ ਨੂੰ ਸਿੱਖ ਰੂਪ ਕਰਕੇ ਕਥਨ ਕਰਦੇ ਆ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਹੇ ਭਾਈ, ਜਿਹੜਾ ਪੁਰਖ ਗੁਰੂ ਸਾਹਿਬਾਨ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਦਿਸਦਾ ਹੈ, ਵਾ ਜਿਸ ਨੂੰ ਸਿੱਖਿਆ ਦੇਣ ਵਾਲੇ ਗੁਰੂ ਸਾਹਿਬ ਜੀ ਦਿਸਦੇ ਹਨ, ਵਾ ਉਪ ਗੁਰ ਉਪਦੇਸ਼ ਦੇਣ ਵਾਲਾ ਗੁਰਸਿੱਖ ਦਿਸਦਾ ਹੈ, ਉਸਦੇ ਮੈਂ ਨਿਵ ਨਿਵ ਨਿਉ ਨਿਉ ਕੇ ਵਾ ਝੁੱਕ ਝੁੱਕ ਕੇ ਪਾਏ ਚਰਨੀ ਲੱਗਦਾ ਹਾਂ ਜੀ। ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਹੇ ਪਿਆਰੇ ਜੀ, ਫਿਰ ਉਸ ਗੁਰਸਿੱਖ ਅੱਗੇ ਮੈਂ ਆਪਣੇ ਜੀ ਕਹੀਏ ਹਿਰਦੇ ਦੀ ਸਾਰੀ ਬਿਰਥਾ ਪੀੜਾ ਭਾਵ ਗੱਲ ਬੇਨਤੀ ਰੂਪ ਵਿੱਚ ਕਹਿਣਾ ਕਰਾਂ ਕਿ ਮੈਨੂੰ ਅਕਾਲ ਪੁਰਖ ਨਾਲ ਪ੍ਰੇਮ ਕਰਨ ਵਾਲੇ ਲੋਕ ਪ੍ਰਲੋਕ ਦੇ ਸੱਜਣ ਮਿੱਤਰ ਸਤਿਗੁਰਾਂ ਦੇ ਨਾਲ ਮਿਲਾ ਦੇਣਾ ਕਰ। ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨ ਕਾਹੂ ਜਾਏ ਜੀਓ। ਹੇ ਪਿਆਰੇ ਜੀ, ਮੈਨੂੰ ਉਪਦੇਸੜਾ ਸ੍ਰੇਸ਼ਠ ਉਪਦੇਸ਼ ਦੱਸਣਾ ਕਰ, ਜਿਸ ਸ੍ਰੇਸ਼ਠ ਉਪਦੇਸ਼ ਨੂੰ ਸੁਣ ਕੇ ਮੇਰਾ ਮਨ ਚਿੱਤ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਦਾਰਥਾਂ ਵੱਲ ਨਾ ਜਾਣਾ ਕਰੇ। ਇਹੋ ਮਨ ਤੈ ਕੂੰਡੇ ਵਸਾ ਮੈਂ ਮਾਰਗ ਦੇਹ ਬਤਾਏ ਜੀਓ। ਮੈਂ ਆਪਣਾ ਇਹ ਮਨ ਤੈ ਕੂੰ ਤੈਨੂੰ ਭੇਟਾ ਦੇ ਤੌਰ 'ਤੇ ਡੇਵਸਾ ਦੇਵਾਂਗਾ, ਪਰ ਤੂੰ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਬਤਾਏ ਦੱਸ ਦੇਣਾ ਕਰ।
ਹਉ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤਉ ਸਰਣਾਏ ਜੀਓ। ਹੇ ਪਿਆਰੇ ਜੀ, ਮੈਂ 84 ਲੱਖ ਜੂਨਾਂ ਰੂਪੀ ਪਰਦੇਸਾਂ ਤੋਂ ਵਿਚਰਦਾ ਹੋਇਆ ਦੂਰੋਂ ਚੱਲ ਤੁਰ ਕੇ ਹੁਣ ਮਨੁੱਖਾ ਜਨਮ ਵਿੱਚ ਆਇਆ। ਵਾਹ, ਮੈਂ ਪ੍ਰਤੱਖ ਹੀ ਦੂਰੋਂ ਚੱਲ ਕੇ ਆਇਆ। ਕਈ ਇਸ ਦਾ ਮਤਲਬ ਹੋਰ ਹੀ ਕੱਢ ਲੈਂਦੇ ਆ। ਸਾਡੇ ਨਗਰ ਦੇ ਲਾਗੇ ਕੋਈ ਗ੍ਰੰਥੀ ਸੀ, ਉਹ ਦੂਰੋਂ ਆਉਂਦਾ ਹੁੰਦਾ ਸੀ ਤੜਕੇ ਜਾਂ ਰਾਤ ਨੂੰ ਆ ਕੇ ਰਹਿ ਪੈਣਾ। ਉਹਨੇ ਪਹਿਲਾਂ ਮੰਗਲੀ ਇਹ ਪੜ੍ਹਨਾ ਕਿ ਸਾਧ ਸੰਗਤ ਜੀ ਹਉ ਆਇਆ ਦੂਰੋਂ ਚੱਲ ਕੇ। ਕਈ ਵਾਰੀ ਤੋਂ ਇਹ ਵੀ ਕਹਿ ਦਿੰਦਾ ਹੁੰਦਾ ਸੀ ਮੈਂ ਆਇਆ ਦੂਰੋਂ ਚੱਲ ਕੇ। ਭਾਵੇਂ ਹਉ ਦਾ ਮਤਲਬ ਮੈਂ ਹੀ ਹੈ, ਪਰ ਗੁਰੂ ਪਾਤਸ਼ਾਹ ਦੀ ਸੁਤੰਤਰਤਾ ਹੈ। ਅਸੀਂ ਜਿਵੇਂ ਬਾਣੀ ਲਿਖੀ ਹੋਈ ਹੈ, ਸਤਿਗੁਰਾਂ ਲਿਖਵਾਈ ਹੈ, ਉਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ, ਪੜ੍ਹਨੀ ਹੈ। ਆਪਣੀ ਮਰਜ਼ੀ ਨਹੀਂ ਕਰਨੀ, ਅਤੇ ਮਰਜ਼ੀ ਕਰਾਂਗੇ ਬਾਣੀ ਦੀ ਬੇਅਦਬੀ ਕਰਾਂਗੇ। ਸੋ ਰਹੋ ਵਿਚਾਰ, ਅਤੇ ਮੈਂ ਇਸ ਮਨੁੱਖਾ ਜਨਮ ਵਿੱਚ ਆ ਕੇ ਇੱਕ ਤੇਰੀ ਸ਼ਰਨ ਤੱਕਣਾ ਕੀਤੀ ਹੈ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੇ ਪਿਆਰੇ ਜੀ, ਮੈਂ ਆਪਣੇ ਚਿੱਤ ਵਿੱਚ ਇਹੋ ਆਸਾ ਉਮੀਦ ਰੱਖੀ ਹੋਈ ਹੈ ਕਿ ਗੁਰਸਿੱਖ ਹੀ ਮੇਰਾ ਸਾਰਾ ਜੰਮਣ ਮਰਨ ਆਦਿ ਦਾ ਦੁੱਖ ਕਸ਼ਟ ਗਵਾ ਦੇਣਗੇ। ਇਹ ਗੱਲ ਸੁਣ ਕੇ ਅੱਗੋਂ ਗੁਰਸਿੱਖ ਨੇ ਆਖਿਆ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੁਕਾਰ ਕਮਾਏ ਜੀਓ। ਹੇ ਪਿਆਰੇ ਜੀ, ਇਸ ਮਾਰਗ ਰਸਤੇ ਉੱਤੇ ਚੱਲਣ ਵਾਲੇ ਗੁਰਸਿੱਖ ਭਾਈ ਅੜੇ ਭਰਾ ਸਤਿਗੁਰੂ ਨਾਨਕ ਦੇਵ ਜੀ ਦੀ ਕਹਿ ਕਹੀ ਹੋਈ ਭਗਤੀ ਰੂਪ ਕਾਰ ਕਰਦੇ ਹਨ। ਇਸ ਲਈ ਤੂੰ ਵੀ ਉਹ ਭਗਤੀ ਰੂਪ ਕਾਰ ਨੂੰ ਕਮਾਉਣਾ ਕਰ, ਅਥਵਾ ਤੂੰ ਇਸ ਮਾਰਗ ਉੱਤੇ ਚੱਲ ਅਤੇ ਜੋ ਗੁਰਾਂ ਦੀ ਭਗਤੀ ਰੂਪ ਕਾਰ ਕਹੀ ਹੋਈ ਹੈ ਉਸ ਨੂੰ ਨਾਲ ਕਮਾਉਣਾ ਕਰ। ਤਿਆਗੇ ਮਨ ਕੀ ਮੱਤੜੀ, ਵਿਸਾਰੇ ਦੂਜਾ ਭਾਉ ਜੀਓ। ਹੇ ਪਿਆਰੇ ਜੀ, ਆਪਣੇ ਮਨ ਦੀ ਮੱਤੜੀ ਮਤ ਨੂੰ ਤਿਆਗ ਦੇ, ਛੱਡ ਦੇ, ਅਤੇ ਦੂਜਾ ਦਵੈਤ ਭਾਵ ਵਾਲੀਆਂ ਚੀਜ਼ਾਂ ਦੇ ਪ੍ਰੇਮ ਨੂੰ ਵੀ ਵਿਸਾਰੇ, ਭੁਲਾ ਦੇਣਾ ਕਰ। ਇਉਂ ਪਾਵੈ ਹਰਦਰ ਸਾਵੜਾ, ਨਹਿ ਲੱਗੈ ਤੱਤੀ ਵਾਉ ਜੀਓ। ਇਸ ਪ੍ਰਕਾਰ ਤੂੰ ਪਰਮੇਸ਼ਰ ਦੇ ਦਰਸ਼ਨ ਨੂੰ ਪਾ ਲਵੇਂਗਾ, ਫਿਰ ਤੈਨੂੰ ਵਿਸ਼ੇ ਵਿਕਾਰਾਂ, ਮਾਤਾ ਦੇ ਗਰਭ, ਨਰਕਾਂ ਰੂਪੀ ਤੱਤੀ ਗਰਮ ਹਵਾ ਨਹੀਂ ਲੱਗੇਗੀ ਜੀ। ਹਉ ਆਪ ਉਹ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਹੇ ਪਿਆਰੇ ਜੀ, ਮੈਂ ਆਪੋ ਆਪਣੇ ਆਪ ਕੁਝ ਵੀ ਬੋਲਣਾ ਨਹੀਂ ਜਾਣਦਾ। ਮੈਂ ਜੋ ਕੁਝ ਵੀ ਆਖਿਆ ਹੈ ਇਹ ਸਾਰਾ ਗੁਰੂ ਵਾ ਪਰਮੇਸ਼ਰ ਦੇ ਹੁਕਮਾਉ ਹੁਕਮ ਅਨੁਸਾਰ ਹੀ ਕਿਹਾ ਹੈ। ਹਰ ਭਗਤ ਖਜ਼ਾਨਾ ਬਖਸਿਆ, ਗੁਰ ਨਾਨਕ ਕੀਆ ਪਸਾਉ ਜੀਓ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ ਜੀ, ਜਦੋਂ ਪੂਰਨ ਸਤਿਗੁਰਾਂ ਨੇ ਪਸਾਉ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇਣਾ ਕੀਤਾ, ਉਪਦੇਸ਼ ਰੂਪ ਪਸਾਉ ਦਾਨ ਦੇਣਾ ਕੀਤਾ, ਤਦ ਪਰਮੇਸ਼ਰ ਨੇ ਮੈਨੂੰ ਪ੍ਰੇਮਾ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ। ਮੈਂ ਬਹੁੜ ਨਾ ਤ੍ਰਿਸਨਾ ਭੁਖੜੀ, ਹੋ ਰੱਜਾ ਤ੍ਰਿਪਤ ਅਗਾਏ ਜੀਓ। ਬਹੁੜ ਹੁੰਦਾ ਫਿਰ ਮੈਨੂੰ ਪਦਾਰਥਾਂ ਦੀ ਤ੍ਰਿਸ਼ਨਾ ਪ੍ਰਾਪਤੀ ਦੀ ਪ੍ਰਬਲ ਇੱਛਾ ਵਾ ਤ੍ਰਿਸ਼ਨਾ ਰੂਪ ਭੁੱਖ ਨਹੀਂ ਰਹੀ, ਕਿਉਂਕਿ ਮੈਂ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਿਆ, ਪਰਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ, ਅਤੇ ਸਵਰਗ ਲੋਕ ਦੇ ਪਦਾਰਥਾਂ ਵੱਲੋਂ ਵੀ
ਰੱਜ ਗਿਆ ਹਾਂ ਜੀ। ਜੋ ਗੁਰ ਦੀਸੈ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਹੇ ਪਿਆਰੇ ਜੀ, ਜਿਹੜਾ ਸਿੱਖੀ ਨੂੰ ਕਮਾਉਣ ਵਾਲਾ ਗੁਰਾਂ ਦਾ ਸਿੱਖੜਾ ਸਿੱਖ ਦਿਸ ਰਿਹਾ ਹੈ, ਮੈਂ ਤਨ ਦੇ ਤਾਣ ਵੱਲੋਂ ਨਿਵ ਚੁੱਕ ਕੇ, ਮਨ ਦੇ ਮਾੜ ਵੱਲੋਂ ਨਿਵ ਚੁੱਕ ਕੇ ਉਸ ਸਿੱਖ ਦੇ ਪਾਏ ਚਰਨੀ ਲੱਗਦਾ ਹਾਂ। ਵਾ ਮਨ ਬਾਣੀ ਸਰੀਰ ਕਰਕੇ ਚਰਨੀ ਲੱਗਦਾ ਹਾਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।